ਤੇ ਦੇਖੋ ਜੀ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਤੇ ਦੇਖੋ ਜੀ ਇੱਕ ਮੈਂ ਤੁਹਾਨੂੰ ਇਹ ਤੋੜ ਕੇ ਵੀ ਦਿਖਾਉਣੀ ਆ ਵੀ ਕਿੰਨੇ ਕ੍ਰਿਸਪੀ ਬਣੇ ਆ ਇਹ ਤੇ ਮੇਰੇ ਕੋਲੇ ਹੈਗੀ ਇਹ ਥੇਮਲੀ ਵਾਲੀ ਮਿੱਠੀ ਚਟਨੀ ਬਹੁਤ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਆ ਜੀ ਬਿਨਾ ਆਟੇ ਤੋਂ ਬਿਨਾ ਮੈਦੇ ਤੋਂ ਜੀ ਅੱਜ ਆਪਾਂ ਇਹ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਨਾ ਆਪਾਂ ਨੂੰ ਵੇਲਣ ਦੀ ਜ਼ਰੂਰਤ ਹੈ ਛਟਪਟੇ ਰੈਸਪੀ ਤਿਆਰ ਹੋ ਜੂਗੀ ਤੇ ਸਮੋਸਿਆਂ ਤੋਂ ਬ੍ਰੈਡਾਂ ਤੋਂ ਵੀ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਬਹੁਤ ਕ੍ਰਿਸਪੀ ਬਣਦੀ ਹੈ ਜੀ ਸਸਿਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਇਹੋ ਜੀ ਇੱਕ ਰੈਸਪੀ ਸ਼ੇਅਰ ਕਰਾਂਗੇ ਜੀ ਵੀ ਜਿਹਦੇ ਵਿੱਚ ਨਾਲ ਤੁਹਾਨੂੰ ਇਸ ਰੈਸਪੀ ਨੂੰ ਬੇਲਣ ਦੀ ਜ਼ਰੂਰਤ ਹੈ ਛੱਟਪਟੇ ਹੀ ਤਿਆਰ ਹੋ ਜੂਗੀ ਨਾ ਮੈਦੇ ਦੀ ਨਾ ਆਟੇ ਦੀ ਜ਼ਰੂਰਤ ਹੈ ਤੇ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਇਸ ਰੈਸਪੀ ਨੂੰ ਤਿਆਰ ਕਰ ਲਓਗੇ ਸਭ ਤੋਂ ਵਧੀਆ ਗੱਲ ਵੀ ਇਹ ਟੇਸਟੀ ਬਹੁਤ ਜ਼ਿਆਦਾ ਬਣਦੀ ਆ ਸਮੋਸੇ ਬ੍ਰੈਡ ਵੀ ਤੁਸੀਂ ਟੇਸਟ ਭੁੱਲ ਜਿਓਗੇ ਜਦੋਂ ਇਹ ਰੈਸਪੀ ਨੂੰ ਤੁਸੀਂ ਬਣਾ ਲਓਗੇ ਤੇ ਚਲੋ ਜੀ ਫਿਰ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਜਰੂਰ ਕਰਿਓ ਵੱਤਵਾ ਦੇ ਸ਼ੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਇਹ ਯੂਨੀਕ ਹੀ ਰੈਸਪੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਜੀ ਆਪਾਂ ਕਰਾਂਗੇ ਸਟਫਿੰਗ ਤਿਆਰ ਉਹਦੇ ਲਈ ਆਪਾਂ ਕੜਾਹੀ ਜੁੱਲੇ ਤੇ ਰੱਖ ਲਈਏ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਿਹੋ ਜਾਰ ਫੈਂਡ ਤੇਲ ਤੇਲ ਹੋ ਗਿਆ ਜੀ ਗਰਮ ਹੁਣ ਆਪਾਂ ਛੋਟਾ ਇੱਕ ਚਮਚ ਭਰ ਕੇ ਪਾਵਾਂਗੇ ਜੀਰੇ ਦਾ ਤੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਿਆ ਜੀ ਫਲੇਮ ਨਾ ਆਪਾਂ ਮੀਡੀਅਮ ਜੀ ਰੱਖਾਂਗੇ ਤੇ ਇੱਥੇ ਮੇਰੇ ਕੋਲ ਹੈਗੀ ਥੋੜੀ ਜਿਹੀ ਇਹ ਲਸਣ ਤੇ ਹਰੀ ਮਿਰਚ ਹਰੀ ਮਿਰਚ ਮੈਂ ਸਟਫਿੰਗ ਦੇ ਹਿਸਾਬ ਨਾਲ ਹੀ ਇਹ ਘੀ ਮਿਰਚਾ ਮੇਰੇ ਕੋਲ ਤੁਸੀਂ ਟੇਸਟ ਅਨਸਾਰ ਹਰੀ ਮਿਰਚਾ ਐਡ ਕਰਿਓ ਬਾਕੀ ਜਿਹੜੀ ਹੈ ਸਟਫਿੰਗ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਾ ਰੈਸਪੀ 'ਚ ਇਹ ਥੋੜੀ ਜੀ ਆਪਾਂ ਮਤਲਬ ਚਟਪਟੀ ਜੀ ਬਣਾਵਾਂਗੇ ਜਿਆਦਾ ਮਿਰਚਾ ਐਡ ਕਰਾਂਗੇ ਵਿੱਚ ਬਾਕੀ ਤੁਸੀਂ ਆਪਣਾ ਟੇਸਟ ਅਨੁਸਾਰ ਬਣਾ ਲਿਓ ਜੀ ਤੇ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਹਲਕੀ ਜੀ ਫ੍ਰੇਮ ਤੇ ਹੈ ਜਿਹੜਾ ਭੁੰਨ ਲਾਂਗੇ ਤੇ ਹੁਣ ਜੀ ਤਿੰਨੇ ਚੀਜ਼ਾਂ ਇਹ ਭੁੱਜ ਗਈਆਂ ਹੁਣ ਇਹਦੇ ਵਿੱਚ ਮੈਂ ਇੱਕ మీడియం ਸਾਈਜ਼ ਦਾ ਇਹ ਪਿਆਜ਼ ਪਾਉਂਗੀ ਜਿਹਨੂੰ ਮੈਂ ਚੌਪ ਕਰ ਲਿਆ ਸੀ ਬਿਲਕੁਲ ਬਰੀਕ ਤੇ ਪਿਆਜ਼ ਨੂੰ ਵੀ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਜੀ ਬਸ ਕਲਰ ਨੇ ਦਾ ਚੇਂਜ ਕਰਨ ਵੀ ਜਿਆਦਾ ਆਪਾਂ ਇਹਨੂੰ ਰੋਸਟ ਨਹੀਂ ਕਰਨਾ ਤੇ ਹੁਣ ਜੀ ਅੱਧਾ ਕਿ ਮਿੰਟ ਆਪਾਂ ਪਿਆਜ਼ ਨੂੰ ਇਸ ਤਰੀਕੇ ਨਾਲ ਪਕਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਇਹ ਟਮਾਟਰ ਮੈਂ ਜਿਆਦਾ ਬਰੀਕ ਨਹੀਂ ਇਹਨੂੰ ਕੱਟਿਆ ਵਧੀਆ ਪਕਾ ਲਾਂਗੇ ਆਪਾਂ ਟਮਾਟਰ ਨੂੰ ਵੀ ਜਿਹੜਾ ਆਪਾਂ ਟਮਾਟਰ ਪਾਦਾਂਗੇ ਇਹਦੇ ਵਿੱਚ ਨਾਲ ਦੀ ਨਾਲ ਆਪਾਂ ਨਮਕ ਪਾ ਦਿਆਂਗੇ ਤੇ ਮੈਂ ਸਟਫਿੰਗ ਦੇ ਹਿਸਾਬ ਨਾਲ ਇਹਦੇ ਵਿੱਚ ਛੋਟਾ ਚਮਚਾ ਜਿਹੜਾ ਐਡ ਕਰੂੰਗੀ ਜੀ ਨਮਕ ਦਾ ਤੁਸੀਂ ਸਵਾਦ ਅਨੁਸਾਰ ਨਮਕ ਐਡ ਕਰ ਲਿਓ ਨਮਕ ਨਾਲ ਜਿਹੜਾ ਛੇਤੀ ਪੱਕ ਜੂਗਾ ਟਮ ਟਮਾਟਰ ਜੀ ਇਸ ਤਰੀਕੇ ਨਾਲ ਆਪਾਂ ਵਧੀਆ ਪਕਾ ਲਿਆ ਬਿਲਕੁਲ ਨਰਮ ਹੋ ਗਿਆ ਟਮਾਟਰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਦੋ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਇੱਕ ਛੋਟਾ ਚਮਚ ਭਰ ਕੇ ਆਪਾਂ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਦਾ ਤੇ ਇਹਨਾਂ ਦੋਨਾਂ ਮਸਾਲਿਆਂ ਨੂੰ ਵਧੀਆ ਆਪਾਂ ਇਹਦੇ ਨਾਲ ਹਲਕਾ ਜਿਹਾ ਪਕਾ ਲਾਂਗੇ ਬਸ 8-10 ਮਿੰਟ ਤੋਂ ਵੀ ਘੱਟ ਹੀ ਪਕਾਵਾਂਗੇ ਆਪਾਂ ਫਲੇਮ ਤੁਸੀਂ ਮੀਡੀਅਮ ਜਿਹੀ ਰੱਖਿਓ ਤੇ ਹੌਂਜੀ ਮਸਾਲੇ ਹਲਕੇ ਜਿਹਾ ਆਪਾਂ ਪਕਾ ਲਈ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਆਲੂ ਆਲੂ ਉਬਾਲ ਕੇ ਮੈਂ ਪਹਿਲੇ ਹੀ ਰੱਖ ਲਏ ਸੀ ਤੇ ਇਸ ਤਰੀਕੇ ਨਾਲ ਨਾ ਆਪਾਂ ਮੈਸ਼ ਕਰਕੇ ਪਾਵਾਂਗੇ ਇਹਦੇ ਵਿੱਚ ਤੇ ਆਲੂਆਂ ਨੂੰ ਵੀ ਮਸਾਲਿਆਂ ਦੇ ਨਾਲ ਵਧੀਆ ਪਕਾ ਲਾਂਗੇ ਜੀ ਆਪਾਂ ਤੇ ਸਟਫਿੰਗ ਨੂੰ ਇਸ ਤਰੀਕੇ ਨਾਲ ਜੀ ਆਪਾਂ ਤਿਆਰ ਕਰ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਇਹ ਗਰਮ ਮਸਾਲਾ ਤੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰਾ ਧਨੀਆ ਬਰੀਕ ਕੱਟਿਆ ਹੋਇਆ ਤੇ ਨਾ ਦੋਨੇ ਚੀਜ਼ਾਂ ਨੂੰ ਇਹਦੇ ਨਾਲ ਕਰ ਦਿਆਂਗੇ ਮਿਕਸ ਸਟਫਿੰਗ ਆਪਣੀ ਹੋ ਗਈ ਜੀ ਤਿਆਰ ਬਸ ਹਲਕਾ ਜਿਹਾ ਪਕਾਵਾਂਗੇ ਆਪਾਂ ਅੱਧਾ ਇੱਕ ਮਿੰਟ ਹੀ ਤੇ ਇਹਨੂੰ ਥੱਲੇ ਉਤਾਰ ਕੇ ਨਾ ਆਪਾਂ ਠੰਡਾ ਕਰ ਲੈਨੇ ਆ ਸਟਫਿੰਗ ਨੂੰ ਤੇ ਚੁੱਲੇ ਤੇ ਰੱਖ ਲਿਆ ਜੀ ਇੱਕ ਅਲੱਗ ਪੈਨ ਆਪਾਂ ਜਾਂ ਤੁਸੀਂ ਕੜਾਹੀ ਚ ਬਣਾ ਲਿਓ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਕੌਲੀਆਂ ਇਹ ਪਾਣੀ ਦੇ ਨਾ ਤੇ ਸਵਾਦ ਅਨਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਾਮਕ ਨਾ ਤਾਂ ਆਪਾਂ ਮੈਦਾ ਯੂਜ਼ ਕਰਾਂਗੇ ਨਾ ਆਟਾ ਯੂਜ਼ ਕਰਾਂਗੇ ਨਾ ਬ੍ਰੈਡ ਵਰਤਾਂਗੇ ਆਪਾਂ ਬਣਾਵਾਂਗੇ ਸੂਜੀ ਤੋਂ ਇਹ ਰਸਤੀ ਜੀ ਤੇ ਉਹੀ ਸੇਮ ਕੌਲੀ ਜਿਹਦੇ ਨਾਲ ਮੈਂ ਪਾਣੀ ਐਡ ਕੀਤਾ ਉਹੀ ਇੱਕ ਕੌਲੀ ਆਪਾਂ ਦੋ ਕੌਲੀਆਂ ਪਾਣੀ ਦੇ ਵਿੱਚ ਸੂਜੀ ਪਾਵਾਂਗੇ ਤੇ ਦੋ ਚਮਚਾ ਪਰਫੈਂਟ ਤੇਲ ਦੇ ਜਾਂ ਘਿਓ ਦੇ ਐਡ ਕਰ ਦਾਂਗੇ ਜੀ ਇਹਦੇ 'ਚ ਤੇ ਆਪਾਂ ਬਿਲਕੁਲ మీడియం ਜੀ ਰੱਖਾਂਗੇ ਜੀ ਤੇ ਹਲਕਾ ਹਲਕਾ ਸੂਜੀ ਨੂੰ ਆਪਾਂ ਪਕਾਵਾਂਗੇ ਤਿੰਨ ਚਾਰ ਮਿੰਟ ਲੱਗਣਗੇ ਤੇ ਨਾਲ ਦੀ ਨਾਲ ਨਾ ਤੁਸੀਂ ਮਿਕਸ ਕਰ ਦਿਓ ਵਿੱਚ ਗੰਡਾ ਨਾ ਬਣ ਸੂਜੀ ਦੀਆਂ ਤੇ ਹੌਲੀ ਹੌਲੀ ਸੂਜੀ ਸਾਰਾ ਪਾਣੀ ਪੀ ਜਾਊਗੀ ਇਸ ਤਰੀਕੇ ਨਾਲ ਤੇ ਜਿਵੇਂ ਆਟਾ ਹੁੰਦਾ ਨਾ ਉਵੇਂ ਬਣ ਜਾਊਗੀ ਤੇ ਸੂਜੀ ਇਸ ਤਰੀਕੇ ਨਾਲ ਜੀ ਬਿਲਕੁਲ ਡਰਾਈ ਹੋ ਗਈ ਹੈ ਦੇਖੋ ਤੁਸੀਂ ਨਾ ਫਲੇਮ ਸਲੋ ਜੀ ਰੱਖਿਓ ਵੀ ਹੌਲੀ ਹੌਲੀ ਇਹ ਪੱਕੇ ਕੁਛ ਆਪਾਂ ਫਰਾਈ ਕਰਾਂਗੇ ਨਾ ਰੈਸਪੀ ਨੂੰ ਉਦੋਂ ਵੀ ਪੱਕੂਗੀ ਸੋ ਇਸ ਤਰੀਕੇ ਨਾਲ ਇਹਨੇ ਕੜਾਹੀ ਨੂੰ ਜਿਹੜਾ ਛੱਡਤਾ ਹੈਗਾ ਇਹ ਬਿਲਕੁਲ ਆਟੇ ਦੀ ਤਰ੍ਹਾਂ ਹੀ ਬਣ ਗਈ ਹੈ ਜੀ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਠੰਡਾ ਕਰ ਲੈਣੇ ਆ ਇਸ ਤਰ੍ਹਾਂ ਜੀ ਸੂਜੀ ਨੂੰ ਮੈਂ ਇੱਕ ਅਲੱਗ ਬਰਤਨ ਦੇ ਵਿੱਚ ਖੁੱਲੇ ਦੇ ਵਿੱਚ ਕੱਢਤਾ ਤੇ ਇਸ ਤਰੀਕੇ ਨਾਲ ਚਮਚ ਨਾਲ ਫਲਾਤਾ ਵੀ ਇਹ ਛੇਤੀ ਹੈ ਜਿਹੜੀ ਠੰਡੀ ਹੋ ਜੇ ਤੇ ਸਟਫਿੰਗ ਆਪਣੀ ਹੋ ਗਈ ਜੀ ਠੰਡੀ ਇਹਦੇ ਵਿੱਚ ਅੱਧਾ ਕ ਆਪਾਂ ਨਿੰਬੂ ਦਾ ਜੂਸ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ ਤੇ ਹੁਣ ਜੀ ਹੱਥਾਂ ਨਾਲ ਪਰਫੈਂਡ ਤੇਲ ਜਾਂ ਘਿਓ ਲਾ ਲਾਂਗੇ ਤੇ ਹਲਕਾ ਜਿਹਾ ਜਦੋਂ ਠੰਡੀ ਹੋ ਗਈ ਸੂਜੀ ਤੇ ਨੂੰ ਮੁੱਕੀ ਦੇ ਜਿਵੇਂ ਆਪਾਂ ਆਟੇ ਨੂੰ ਮੁੱਖੀ ਦਿੰਨੇ ਹੁੰਦੇ ਆ ਸੇਮ ਉਸੇ ਤਰੀਕੇ ਨਾਲ ਜਿਹੜਾ ਸੂਜੀ ਨੂੰ ਆ ਥੋੜਾ ਜਿਹਾ ਨਰਮ ਕਰ ਲਾਂਗੇ ਵੀ ਵਧੀਆ ਬਣ ਕੇ ਨਾ ਸਮੂਥੀ ਜੀ ਤਿਆਰ ਹੋ ਜੇ ਇਸ ਕਰਕੇ ਘਿਓ ਤੇਲ ਜ਼ਰੂਰ ਲਾ ਲਿਓ ਵੀ ਇਹ ਛਿਪਕੇ ਨਾ ਹੱਥਾਂ ਨਾਲ ਤੇ ਸੂਜੀ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਤਿਆਰ ਕਰ ਲਈ ਐ ਹੁਣ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆਂ ਤੇ ਸਟਫਿੰਗ ਆਪਣੀ ਹੋ ਗਈ ਠੰਡੀ ਇਸ ਤਰੀਕੇ ਨਾਲ ਨਾ ਛੋਟਾ ਜਿਹਾ ਪੀੜਾ ਕਰ ਲਾਂਗੇ ਆਪਾਂ ਸਟਫਿੰਗ ਦਾ ਜਿੰਨੇ ਕ साइज ਦੇ ਆਪਾਂ ਇਹ ਬਣਾਉਣੀ ਹੈ ਰੈਸਪੀ ਪਹਿਲਾਂ ਇਸ ਤਰੀਕੇ ਨਾਲ ਪੀੜੇ ਕਰ ਕਰਕੇ ਵੀ ਤੁਸੀਂ ਰੱਖ ਸਕਦੇ ਹੋ ਜਾਂ ਨਾਲ ਦੀ ਨਾਲ ਗੱਲੇ ਗੱਲੇ ਬਣਾ ਸਕਦੇ ਹੋ ਤੇ ਹਲਕਾ ਜਿਹਾ ਜਿਸ ਸ਼ੇਪ ਦਾ ਵੀ ਆਪਾਂ ਬਣਾਉਣਾਗਾ ਉਸ ਸ਼ੇਪ ਦਾ ਇਹਨੂੰ ਬਣਾ ਦੇਾਂਗੇ ਜਿਸ ਕਿਉਰ ਬਣਾਉਣਾ ਤੁਸੀਂ ਇਹਨੂੰ ਸਿਕਯਰ ਕਰ ਲਿਓ ਜੇ ਗੋਲ ਬਣਾਉਣਾ ਗੋਲ ਬਣਾ ਲਿਓ ਲੰਬਾਈ ਚ ਵੀ ਬਣਾ ਸਕਦੇ ਹੋ ਤੇ ਇਥੇ ਜਿਹੜੇ ਆਪਾਂ ਇਹ 스ਨੈਕਸ ਬਣਾ ਰਹੇ ਆ ਇਹਦੇ ਵਿੱਚ ਨਾ ਆਪਾਂ ਨੂੰ ਚੱਕਲੇ ਦੀ ਜ਼ਰੂਰਤ ਹੈ ਨਾ ਵੇਲਣੇ ਦੀ ਤੇ ਇਸ ਤਰੀਕੇ ਨਾਲ ਇੱਕ bartan ਦੇ ਵਿੱਚ ਨਾ ਆਪਾਂ ਰੱਖ ਲਿਆ ਇਹ ਕਾਗਜ਼ ਲਫਾਵਾ ਰੱਖ ਲੈਣਾ ਆਸਾਨੀ ਨਾਲ ਹਨ ਘਰੋਂ ਮਿਲ ਹੀ ਜਾਂਦਾ ਹੈ ਹਨ ਤੇ ਇਹਨੂੰ ਆਪਾਂ ਗ੍ਰੀਸ ਕਰ ਲਾਂਗੇ ਤੇਲ ਨਾਲ ਜਾਂ ਘਿਓ ਨਾਲ ਤੇ ਹੁਣ ਜਿਹੜਾ ਆਪਾਂ ਸੂਜੀ ਦਾ ਇਸ ਤਰੀਕੇ ਨਾਲ ਆਟਾ ਤਿਆਰ ਕੀਤਾ ਜੀ ਇਹਦਾ ਕਰ ਲਾਂਗੇ ਆਪਾਂ ਇੱਕ ਛੋਟਾ ਜਿਹਾ ਪੇੜਾ ਜਿਆਦਾ ਵੱਡਾ ਪੇੜਾ ਨਹੀਂ ਆਪਾਂ ਕਰਾਂਗੇ ਤੇ ਨਾ ਹੁਣ ਆਪਾਂ ਨੂੰ ਵੇਲਣ ਦੀ ਜ਼ਰੂਰਤ ਹੈ ਇਸ ਤਰੀਕੇ ਨਾਲ ਆਪਾਂ ਕਾਗਜ਼ ਇਹਨੂੰ ਰੱਖ ਲਾਂਗੇ ਤੇ ਉੱਪਰੋਂ ਵੀ ਆਪਾਂ ਇਸ ਤਰੀਕੇ ਨਾਲ ਜਿਹੜਾ ਲਫਾਵਾ ਯਾਨੀ ਕਿ ਕਾਗਜ਼ ਰੱਖ ਦਿਆਂਗੇ ਤੇ ਇਸ ਤਰੀਕੇ ਨਾਲ ਹੱਥਾਂ ਨਾਲ ਵੀ ਆਪਾਂ ਇਹਨੂੰ ਪ੍ਰੈਸ ਕਰਕੇ ਫਲਾ ਕੇ ਜਿਹੜਾ ਬਣਾ ਸਕਦੇ ਹਾਂ ਤੇ ਜਾਂ ਇਸ ਤਰੀਕੇ ਦੀ ਕਿਸੇ ਵੀ ਕੌਲੀ ਨਾਲ ਪਲੇਟ ਨਾਲ ਹਲਕਾ ਜਿ ਤੁਸੀਂ ਪ੍ਰੈਸ ਕਰਦੇ ਹੋ ਉੱਪਰੋਂ ਤੇ ਇਹ ਬਿਲਕੁਲ ਤਿਆਰ ਹੋਊ ਜੂ ਬਣ ਕੇ ਦੇਖੋ ਜੀ ਤੇ ਇਸ ਤਰ੍ਹਾਂ ਜੀ ਇਹਨੂੰ ਬਣਾ ਕੇ ਆਪਾਂ ਤਿਆਰ ਕਰ ਲਿਆ ਹਲਕਾ ਜਿ ਤੁਸੀਂ ਇਹਨੂੰ ਪਤਲਾ ਕਰ ਲਿਓ ਜਿਆਦਾ ਮੋਟਾ ਨਾ ਰੱਖਿਓ ਤੇ ਜਿਹੜੀ ਆਪਾਂ ਇਹ ਆਲੂ ਦੀ ਸਟਫਿੰਗ ਦੀ ਟਿੱਕੀ ਬਣਾਈ ਸੀ ਉਹਨੂੰ ਇਸ ਤਰੀਕੇ ਨਾਲ ਆਪਾਂ ਵਿਚਕਾਰ ਰੱਖ ਰਿਆਂਗੇ ਹੁਣ ਇਹਦੇ ਲਈ ਨਾ ਤਾਂ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੈ ਇਹਨੂੰ ਬੰਦ ਕਰਨ ਵਾਸਤੇ ਨਾ ਕਿਹਾਉ ਦੀ ਨਾ ਤੇਲ ਦੀ ਕਿਸੇ ਚੀਜ਼ ਦੀ ਨਹੀਂ ਇਸ ਤਰੀਕੇ ਨਾਲ ਉਪਰ ਆਪ ਇਹਦੀ ਸਾਈਡ ਨਾਲ ਉਠਾ ਕੇ ਜਿਹੜਾ ਇਹਨੂੰ ਲੋਕ ਲਾ ਦੇਾਂਗੇ ਤੇ ਇਹਨਾਂ ਨੂੰ ਵੀ ਹੈ ਜਿਹੜਾ ਉੱਪਰ ਕਿਨਾਰੀਆਂ ਰੱਖ ਦੇਾਂਗੇ ਜੀ ਇਸ ਤਰੀਕੇ ਨਾਲ ਇਹਨੂੰ ਕਰ ਦੇਾਂਗੇ ਬੰਦ ਬਿਲਕੁਲ ਆਸਾਨ ਤਰੀਕੇ ਨਾਲ ਇਹ ਬਣ ਕੇ ਹੋ ਜੂ ਤਿਆਰ ਲਓ ਜੀ ਤੇ ਤੁਸੀਂ ਇਹਨੂੰ ਕਿਹੜਾ ਸ਼ੇਪ ਦੇ ਸਕਦੇ ਆ ਇਸ ਤਰੀਕੇ ਨਾਲ ਹਲਕਾ ਜਾਂ ਸ਼ੇਪ ਨੂੰ ਜਿਹੜਾ ਸੈੱਟ ਕਰਦੇ ਹੋ ਹਲਕਾ ਜਾਂ ਕਰਦੇ ਹੋ ਫਲੈਟ ਇਸ ਤਰੀਕੇ ਨਾਲ ਬਣਾ ਬਣਾ ਕੇ ਤੁਸੀਂ ਫਰਿੱਜ 'ਚ ਵੀ ਰੱਖ ਸਕਦੇ ਹੋ ਜਦੋਂ ਮਨ ਕਰੇ ਤੁਸੀਂ ਫ੍ਰਾਈ ਕਰਕੇ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਹੁਣ ਜੀ ਇਸ ਤਰੀਕੇ ਨਾਲ ਵੀ ਤੁਸੀਂ ਆਸਾਨੀ ਨਾਲ ਬਣਾ ਲਓਗੀ ਵੀ ਕਈ ਵਾਰ ਕੀ ਹੁੰਦਾ ਕਿ ਪਹਿਲੀ ਵਾਰ ਆਪਾਂ ਰੈਸਪੀ ਬਣਾਉਣੀ ਹੈ ਨਾ ਤਾਂ ਟੁੱਟ ਜਾਂਦੀ ਹੈ ਇਹ ਤਾਂ ਤੁਸੀਂ ਲਫਾਫੇ ਨਾਲ ਹੀ ਇਹਨੂੰ ਉਠਾ ਦਿਓ ਕਿਨਾਰੀ ਨੂੰ ਦੇਖੋ ਨਾ ਤਾਂ ਇਹ ਟੁੱਟਣੀ ਹੈ ਤੇ ਨਾਲੇ ਵਧੀਆ ਸ਼ੇਪ ਬਣੂਗੀ ਇਹਦੀ ਹਲਕਾ ਜਿਹਾ ਹੱਥਾਂ ਨਾਲ ਤੁਸੀਂ ਇਸ ਤਰੀਕੇ ਨਾਲੇ ਥੋੜਾ ਜਿਹਾ ਖਿੱਚ ਦਿਓ ਤੇ ਇਧਰੋਂ ਵੀ ਆਪਾਂ ਲਫਾਫੇ ਇਹ ਬਹੁਤ ਵਧੀਆ ਇਹ ਬਿਲਕੁਲ ਸਿਕਿਉਰ ਸ਼ੇਪ ਦੇ ਬਣ ਕੇ ਆਪਣੇ ਕੋਈ ਤਿਆਰ ਹੋ ਜਾਣਗੇ ਦੇਖੋ ਜੀ ਕਿੰਨੀ ਵਧੀਆ ਸ਼ੇਪ ਦੇ ਇਹ ਸਿਕਿਉਰ ਬਣ ਕੇ ਤਿਆਰ ਹੋ ਗਏ ਆ ਸਾਰੇ ਸੇਮ ਇਸੇ ਤਰੀਕੇ ਨਾਲ ਆਸਾਨੀ ਨਾਲ ਬਣ ਜਾਣਗੇ ਬਹੁਤ ਘੱਟ ਸਮੇਂ ਵਿੱਚ ਤੇ ਇਸ ਤਰ੍ਹਾਂ ਜੀ ਸਾਰੇ 스ਨੈਕਸ ਆ ਜਿਹੜੇ ਆਪਾਂ ਤਿਆਰ ਕਰ ਲਏ ਤੁਸੀਂ ਇਹਨਾਂ ਨੂੰ ਗੋਲ ਵੀ ਬਣਾ ਸਕਦੇ ਹੋ ਲੰਬਾਈ 'ਚ ਵੀ ਬਣਾ ਸਕਦੇ ਹੋ ਮੈਸ ਸਿਕਿਉਰ ਬਣਾ ਲੇ ਤੇ ਤੇਲ ਬਿਲਕੁਲ ਵਧੀਆ ਗਰਮ ਹੋਣਾ ਚਾਹੀਦਾ ਜੀ ਤੇ ਗਰਮ ਤੇਲ ਦੇ ਵਿੱਚ ਨਾ ਆਪਾਂ ਦੋ ਕੀ ਪਾਵਾਂਗੇ ਇਹਦੇ ਵਿੱਚ ਪੈਣ ਚ ਕਿਉਂਕਿ ਇੰਨੀ ਕੁ ਸਪੇਸ ਹੈ ਇਨੇ ਕੇ ਆਸਾਨੀ ਨਾਲ ਪੱਕ ਜਾਣਗੇ ਦੇਖੋ ਇੰਨਾ ਗਰਮ ਤੇਲ ਹੋਣਾ ਚਾਹੀਦਾ ਨਾ ਤਾਂ ਇਹ ਜ਼ਿਆਦਾ ਤੇ ਨਾ ਘੱਟ ਹੈ ਤੇ ਹਲਕੇ ਜਿਹੇ ਜਦੋਂ ਇਹ ਪੱਕ ਗਈ ਤੁਹਾਨੂੰ ਲੱਗਿਆ ਨਾ ਵੀ ਹਲਕੇ ਜੇ ਇਹ ਸਖਤ ਹੋ ਗਏ ਤਾਂ ਇਸ ਤਰੀਕੇ ਨਾਲ ਇਹਨਾਂ ਦੀ ਸਾਈਡ ਪਾਰਟ ਦਿਓ ਤੁਸੀਂ ਫਲੇਮ ਹੈ ਜਿਹੜੀ ਤੁਸੀਂ ਮੀਡੀਅਮ ਜੀ ਰੱਖਿਓ ਕਿਉਂਕਿ ਜੇ ਘੱਟ ਫਲੇਮ ਰੱਖੋਗੇ ਫਿਰ ਇਹ ਬਾਹਲੇ oily ਬਣ ਜਾਣਗੇ crispy ਨਹੀਂ ਬਣਨੇ ਜੇ ਜ਼ਿਆਦਾ ਫਲੇਮ ਕਰ ਦਿਓਗੇ ਫਿਰ ਸੂਜੀ ਬਹੁਤ ਛੇਤੀ ਹੀ ਗੋਲਡਨ ਹੋ ਜਾਊਗੀ ਪਰ ਵਿੱਚੋਂ ਨਹੀਂ ਵਧੀਆ ਪੱਕਣੀ ਮੀਡੀਅਮ ਜੀ ਫਲੇਮ ਤੇ ਇਹਨਾਂ ਨੂੰ 3-4 ਮਿੰਟ ਲੱਗਣਗੇ ਜੀ ਫਰਾਈ ਹੋਣ ਵਾਸਤੇ ਤੇ ਇਸ ਤਰ੍ਹਾਂ ਜੀ ਸਾਈਡਾਂ ਨੂੰ ਪਲਟਦੇ ਹੋਏ ਨਾ ਆਪਾਂ ਇਹਨਾਂ ਨੂੰ ਬਿਲਕੁਲ ਗੋਲਡਨ ਕਰ ਲਿਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਵਧੀਆ ਤਰੀਕੇ ਨਾਲ ਇਹ ਪੱਕ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਖੱਡ ਲੈਣੇ ਆ ਬਹੁਤ ਕ੍ਰਿਸਪੀ ਇਹ ਬਣ ਕੇ ਤਿਆਰ ਹੁੰਦੇ ਆ ਤੇ ਦੂਜੇ ਵੀ ਸੇਮ ਇਸੇ ਤਰੀਕੇ ਨਾਲ ਆਪਾਂ ਬਣਾ ਲੈਣੇ ਆ ਤੇ ਦੂਜੇ ਵੀ ਸੇਮ ਇਸੇ ਤਰੀਕੇ ਨਾਲ ਆਪਾਂ ਜਿਹੜੇ ਪਕਾ ਲੈਣੇ ਆ ਜੀ ਤੇ ਵਾਸਾ ਆਪਾਂ ਇਹਨਾਂ ਨੂੰ ਹਲਾਉਣਾ ਨਹੀਂ ਗਾ ਕੜਾਹੀ ਦੇ ਵਿੱਚ ਪਾ ਕੇ ਨਾ ਹਲਕਾ ਜਿਹਾ ਵੇਟ ਕਰਾਂਗੇ ਆਪਾਂ ਅੱਧੇ ਇੱਕ ਮਿੰਟ ਦੀ ਜਦੋਂ ਇਹਨਾਂ ਦੀ ਸ਼ੇਪ ਹੋਲਡ ਹੋ ਗਈ ਆਪਾਂ ਨੂੰ ਲੱਗਿਆ ਵੀ ਹੁਣ ਆਪਾਂ ਪਲਟ ਸਕਦੇ ਹਾਂ ਵੀ ਟੁੱਟਦੇ ਨਹੀਂ ਇਹ ਤੇ ਉਦੋਂ ਆਪਾਂ ਇਹਨਾਂ ਨੂੰ ਪਲਟਾਂਗੇ ਜੀ ਤੇ ਬਹੁਤ ਇਹ ਟੇਸਟੀ ਜੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਜੀ ਨਾ ਆਪਾਂ ਨੂੰ ਆٹے ਦੀ ਜ਼ਰੂਰਤ ਨਹੀਂ ਨਾ ਮੈਦੇ ਦੀ ਜਿਵੇਂ ਹੁਣ ਤੁਹਾਡਾ ਕਈ ਵਾਰ ਬ੍ਰੈਡਸ ਮੋਸੇ ਖਾਣ ਨੂੰ ਦਿਲ ਕਰਦਾ ਨਾ ਤੁਸੀਂ ਇਸ ਰੈਸਪੀ ਨੂੰ ਜਿਹੜਾ ਚਟਪਟ ਬਣਾ ਸਕਦੇ ਹੋ ਤੇ ਸਭ ਤੋਂ ਕ੍ਰਿਸਪੀ ਬਣਦੀ ਹੈ ਤੇ ਜਿਹੜੀ ਸਟਫਿੰਗ ਆਪਾਂ ਇਸ ਤਰੀਕੇ ਨਾਲ ਤਿਆਰ ਕੀਤੀ ਹੈ ਨਾ ਸੇਮ ਇਸੇ ਤਰੀਕੇ ਨਾਲ ਤੁਸੀਂ ਸਟਫਿੰਗ ਬਣਾਓ ਬਹੁਤ ਟੇਸਟੀ ਬਣਦੀ ਹੈ ਤੇ ਹਲਕੇ ਜਦੋਂ ਇਹ ਪੱਕ ਗਏ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਦੀ ਬਦਲ ਦੇਾਂਗੇ ਸਾਈਡ ਤੇ ਮੀਡੀਅਮ ਜੀ ਫਲੇਮ ਤੇ ਇਹਨਾਂ ਨੂੰ ਗੋਲਡਨ ਹੋਣ ਤੱਕ ਪਕਾ ਲਾਂਗੇ ਆਪਣੇ 스낵ਸ ਬਣ ਕੇ ਹੋ ਗਏ ਜੀ ਤਿਆਰ ਆ ਗਰਮਾ ਗਰਮ ਆ ਪੇਵੀ ਆ ਜਿਹੜੇ ਕੱਢ ਲੈਣੇ ਇਸ ਤਰੀਕੇ ਨਾਲ ਤੇ ਗਰਮਾ ਗਰਮ ਨੂੰ ਆਪਾਂ ਇਹਨਾਂ ਨੂੰ ਕਰਾਂਗੇ ਜੀ ਸਰਵ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ ਬਾਤ ਬਾਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀਗਤ ਜੀ ਤੇ ਗਰਮਾ ਗਰਮ ਨੂੰ ਆਪਾਂ ਇਹਨਾਂ ਨੂੰ ਸਰਵ ਕਰ ਲੈਣੇ ਆ ਜੀ ਇੱਕ ਪਲੇਟ ਦੇ ਵਿੱਚ ਤੇ ਦੇਖੋ ਜੀ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਐ ਸਾਰੇ ਦੇ ਸਾਰੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏ ਐ ਤੇ ਦੇਖੋ ਜੀ ਇੱਕ ਮੈਂ ਤੁਹਾਨੂੰ ਇਹ ਤੋੜ ਕੇ ਵੀ ਦਿਖਾਉਣੀ ਐ ਵੀ ਕਿੰਨੇ ਕ੍ਰਿਸਪੀ ਬਣਿਆ ਇਹ ਤੇ ਕਿੰਨੇ ਵਧੀਆ ਤਰੀਕੇ ਨਾਲ ਵਿੱਚੋਂ ਪੱਕ ਗਿਆ ਸੂਜੀ ਬਿਲਕੁਲ ਵੀ ਕੱਚੀ ਨਹੀਂ ਤੇ ਸਟਫਿੰਗ ਵੀ ਕਿੰਨੀ ਵਧੀਆ ਭਰ ਕੇ ਤਿਆਰ ਹੋਈ ਐ ਜੀ ਤੁਸੀਂ ਇਹਨੂੰ ਟਮੇਟੋ ਕੈਚੱਪ ਦੇ ਨਾਲ ਹਰੀ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ ਚਾਹ ਦੇ ਨਾਲ ਐਵੇਂ ਬਹੁਤ ਟੇਸਟੀ ਲੱਗਣਗੇ ਇਹ ਤੇ ਮੇਰੇ ਕੋਲ ਹੈਗੀ ਜੇ ਥੇਮਲੀ ਵਾਲੀ ਮਿੱਠੀ ਚਟਨੀ ਬਹੁਤ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਐ ਜੀ